ਕੀਤਾ ਸਤਿਕਾਰਯੋਗ ਨੇ ਜੀ ਕੁਛ ਕਹਿ ਸਕਦੇ ਆ ਮਗਰ ਉਹਨਾਂ ਨੂੰ ਪੁੱਛੋ ਕਦੇ ਪਰਚੀ ਸਿਸਟਮ 'ਚ ਉਹ ਵੀ ਨਿਕਲੇ ਨੇ ਕਿ ਨਹੀਂ ਨਿਕਲੇ ਪੁਰਾਣੇ ਬਿਆਨ ਕੱਢ ਲਓ ਉਹ ਇਸ ਗੱਲ ਨੂੰ ਸਪਸ਼ਟ ਕਰਦੇ ਦੀ ਅਪਰੋਲ 'ਤੇ ਆ ਜਾਂਦਾ ਅੱਜ ਕੱਲ੍ਹ ਤਾਂ ਪਤਾ ਨਹੀਂ ਕੌਣ ਚੇਲਾ ਅਤੇ ਕੌਣ ਗੁਰੂ ਵਾਲੇ ਤਾਂ ਇਹੀ ਦੱਸਦੇ ਫਿਰਦੇ ਉਹ ਕਦੇ ਬੀਬੀ ਕਹਿੰਦੀ ਮੈਂ ਹੁਣ ਇੱਕ ਦੂਜੇ ਦੇ ਬੜੇ ਗੁਰੂ ਚੇਲਾ ਆਪੇ ਦੱਸੀ ਜਾਣ ਕਿ ਕੌਣ ਕਿਹਦਾ ਚੇਲਾ ਕੌਣ ਗੁਰੂ ਬੀਬੀ ਜੀ ਤਾਂ ਸਤਿਕਾਰਯੋਗ ਨੇ ਜੀ ਕੁਛ ਕਹਿ ਸਕਦੇ ਆ ਮਗਰ ਉਹਨਾਂ ਨੂੰ ਪੁੱਛੋ ਕਦੇ ਪਰਚੀ ਸਿਸਟਮ 'ਚ ਉਹ ਵੀ ਨਿਕਲੇ ਨੇ ਕਿ ਨਹੀਂ ਨਿਕਲੇ ਪਰਚੀ ਸਿਸਟਮ ਹੈ ਨਹੀਂ ਜੀ ਕੋਈ ਔਰ ਬੀਬੀ ਜੀ ਦੇ ਪੁਰਾਣੇ ਬਿਆਨ ਕੱਢ ਲਓ ਉਹ ਇਸ ਗੱਲ ਨੂੰ ਸਪਸ਼ਟ ਕਰਦੇ ਦੇਖੋ ਐਸ ਜੀ ਪੀ ਸੀ ਮੈਂਬਰ ਜਦੋਂ ਇਲੈਕਸ਼ਨ ਹੁੰਦੀ ਆ ਉੱਥੇ ਬਕਾਇਦਾ ਸ਼ਾਮਪੁਰਾ ਜੀ ਤਾਂ ਵਿੱਚ ਰਹੇ ਇਹ ਸਿਸਟਮ ਤੁਹਾਨੂੰ ਮੇਰੇ ਤੋਂ ਬਿਹਤਰ ਦੱਸ ਸਕਦੇ ਆ ਬਕਾਇਦਾ ਅਰਦਾਸ ਹੋਣ ਤੋਂ ਬਾਅਦ ਪੁੱਛਿਆ ਜਾਂਦਾ ਕਿ ਪ੍ਰਧਾਨਗੀ ਦੀ ਚੋਣ ਲਈ ਕੌਣ ਕੌਣ ਔਰ ਜਦੋਂ ਕੋਈ ਗੱਲ ਕਰਦਾ ਕਿ ਪ੍ਰਧਾਨਗੀ ਦੀ ਚੋਣ ਲਈ ਫਲਾਣਾ ਹੈ ਅਤੇ ਉਹ ਕੈਂਡੀਡੇਟ ਖੜ੍ਹੇ ਵੀ ਹੋ ਜਾਂਦੇ ਅਤੇ ਉਸ ਤੋਂ ਬਾਅਦ ਵੋਟਾਂ ਪੈਂਦੀਆਂ ਨੇ ਜਾਂ ਹੱਥਾਂ ਦੇ ਦਿਖਾਵੇ ਨਾਲ ਇਹ ਫੈਸਲਾ ਹੋ ਜਾਂਦਾ ਇਸ ਲਈ ਇਹ ਐਵੇਂ ਹੁਣ ਪਤਾ ਨਹੀਂ ਨਵੀਂ ਗੱਲ ਕਿੱਥੋਂ ਬਣਾ ਲਈ ਆ ਉਹਨਾਂ ਨੂੰ ਚਾਹੀਦਾ ਨਹੀਂ ਸਤਿਕਾਰਯੋਗ ਨੇ ਇਹ ਗੱਲ ਨੂੰ ਮੈਂ ਤਾਂ ਉਹਨਾਂ ਨੂੰ ਅੱਜ ਵੀ ਬੇਨਤੀ ਕਰੂੰਗਾ ਕਿ ਪਤਾ ਨਹੀਂ ਕਿਹਦੇ ਇਸ਼ਾਰੇ 'ਤੇ ਜਾਂ ਕਿਹਦੇ ਕਹੇ 'ਤੇ ਇਹ ਕਰਦੇ ਫਿਰਦੇ ਆ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਕਰਨਾ ਔਰ ਫੈਸਲਾ ਲਗਭਗ ਜੋ ਮੈਂਬਰਾਂ ਦੇ ਵਿਚਾਰ ਆ ਉਹ ਹੋਏ ਆ ਇਸ ਲਈ ਇਹਦੇ 'ਚ ਪਾਰਟੀ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਜਿਹੜੀ ਫਾਈਨਲ ਅਥਾਰਟੀ ਹੈ ਉਹਨਾਂ ਨੇ ਆਪਦਾ ਫੈਸਲਾ ਕਰ ਦੇਣਾ ਨੌਂ ਨੂੰ ਲੱਗ ਹੀ ਜਾਣਾ ਪਤਾ ਦੇਖੋ ਸ਼ਾਹਪੁਰ ਸਾਹਿਬ ਦਾ ਕੀ ਬਿਆਨ ਹੈ ਨਹੀਂ ਬਿਆਨ ਹੈ ਮੈਨੂੰ ਪਤਾ ਨਹੀਂ ਮੈਂ ਵੇਖਿਆ ਨਹੀਂ ਮਗਰ ਸ਼ਾਹਪੁਰ ਸਾਹਿਬ ਨੂੰ ਤਾਂ ਇੰਨੀ ਬੇਨਤੀ ਜ਼ਰੂਰ ਪੁੱਛ ਲਿਓ ਕਿ ਜਦੋਂ ਬੀਬੀ ਜੀ ਖੜ੍ਹਦੇ ਰਹੇ ਉਦੋਂ ਤੁਸੀਂ ਬਹੁਤ ਕੁਛ ਕਹਿੰਦੇ ਰਹੇ ਫਿਰ ਉਹ ਗੱਲਾਂ ਤੋਂ ਕਿੱਧਰ ਜਾਣਗੀਆਂ ਇਸ ਲਈ ਫਿਰ ਚਲੋ ਕੋਈ ਕੁਛ ਕਰੇ ਨੌਂ ਤੋਂ ਬਾਅਦ ਇਹ ਗੱਲਾਂ ਦੀ ਟਿੱਪਣੀ ਕਰਾਂਗੇ ਸਭ ਦੇ ਹਿੱਸੇ ਸਪਸ਼ਟ ਹੋ ਜਾਣੇ ਆ ਕਿਉਂਕਿ ਜਦੋਂ ਬੀਬੀ ਜੀ ਚੋਣ ਲੜਦੇ ਸੀ ਸ਼ਾਹਪੁਰ ਸਾਹਿਬ ਬਹੁਤ ਕੁਛ ਕਹਿੰਦੇ ਹੁੰਦੇ ਸਨ ਅਤੇ ਫਿਰ ਇਹ ਸੰਗਤ ਪੁੱਛੂਗੀ ਜਵਾਬ ਮੰਗੂਗੀ ਇਹਨਾਂ ਗੱਲਾਂ ਦਾ ਫਿਰ ਸ਼ਾਹਪੁਰ ਸਾਹਿਬ ਆਪ ਸਿਆਣੇ ਨੇ ਜੀ ਦੇਣਗੇ ਠੱਗ ਹੈ ਜੀ ਕੀ ਵੇਖਣਾ ਕੀ ਉਹਨੂੰ ਵੇਖ ਕਰੇ ਸਰਕਾਰ ਪਰੋਲ ਮਿਲੀ ਇਲੈਕਸ਼ਨ ਕਰਕੇ ਭਾਊ ਜਦੋਂ ਇਲੈਕਸ਼ਨ ਹੁੰਦੀ ਆ ਪਰੋਲ 'ਤੇ ਆ ਜਾਂਦਾ ਅੱਜ ਕੱਲ੍ਹ ਤਾਂ ਪਤਾ ਨਹੀਂ ਕੌਣ ਚੇਲਾ ਅਤੇ ਕੌਣ ਗੁਰੂ ਵਾਲੇ ਤਾਂ ਇਹੀ ਦੱਸਦੇ ਫਿਰਦੇ ਉਹ ਕਦੇ ਬੀਬੀ ਕਹਿੰਦੀ ਮੈਂ ਹੁਣ ਇੱਕ ਦੂਜੇ ਦੇ ਬਣੇ ਗੁਰੂ ਚੇਲਾ ਆਪੇ ਦੱਸੀ ਜਾਣਗੇ ਕੌਣ ਕਿਹਦਾ ਚੇਲਾ ਕੌਣ ਗੁਰੂ ਮਗਰ ਇਹ ਗੱਲ ਚੰਗੀ ਨਹੀਂ ਜੋ ਜੋ ਸਜ਼ਾਵਾਂ ਉਹਨੂੰ ਹੋਈਆਂ ਨੇ ਔਰ ਜੋ ਸਰਕਾਰ ਇਹਦੇ 'ਚ ਰੋਲ ਅਦਾ ਕਰ ਰਹੀ ਆ ਔਰ ਹਮੇਸ਼ਾ ਇਲੈਕਸ਼ਨ ਦੇ ਨਾਲ ਆ ਕੇ ਉਹਨੂੰ ਪਰੋਲ ਮਿਲਦੀ ਹੈ ਔਰ ਆਪ ਦੀ ਸਰਕਾਰ ਵੀ ਜਿਹੜਾ ਉਹ ਡੇਰਾ ਬਣਾਉਣ ਨੂੰ ਫਿਰਦਾ ਉਹਦੇ 'ਤੇ ਚੁੱਪ ਹੈ ਸਖ਼ਤ ਐਕਸ਼ਨ ਹੋਵੇ ਕੋਈ ਲਿਹਾਜ਼ ਨਾ ਹੋਵੇ ਇਹੋ ਜਿਹੇ ਕੰਮ ਦਾ ਵਧਾ ਦਿਆਂਗੇ ਜਦੋਂ ਆ ਜਾਣਗੇ ਵਧਾ ਦਿਆਂਗੇ ਮਜੀਠੀਆ ਸਾਹਿਬ ਤੁਸੀਂ ਆਪਣੀ ਰਾਜਨੀਤੀ ਦੇ ਵਿੱਚ ਮਨਿਸਟਰੀਆਂ ਹੰਡਾਈਆਂ ਨੇ ਜੇਲ੍ਹਾਂ ਵੀ ਕੱਟੀਆਂ ਇਹ ਜੇਲ੍ਹਾਂ ਜਿਹੜੀਆਂ ਕੱਟੀਆਂ ਇਹਨੂੰ ਕਿਹੜੇ ਨਜ਼ਰੀਏ ਨਾਲ ਵੇਖਦੇ ਚੜ੍ਹਦੀ ਕਲਾ 'ਚ ਵੇਖਦਾ ਜੀ ਇਹਨੂੰ ਇਹ ਵੀ ਇੱਕ ਵੱਖਰਾ ਨਜ਼ਾਰਾ ਜਿਹਨੇ ਨਹੀਂ ਵੇਖਿਆ ਉਹ ਵੀ ਵੇਖ ਲਵੇ ਮੈਂ ਤੁਹਾਨੂੰ ਗੱਲ ਦੱਸਾਂ ਸਾਡੇ ਤਾਂ ਨੌਜਵਾਨਾਂ 'ਤੇ ਨਾ ਇਹ ਇਲਜ਼ਾਮ ਲੱਗਦਾ ਸੀ ਇਹ ਬਜ਼ੁਰਗ ਹੀ ਲਾਉਂਦੇ ਸੀ ਲੋਧੀ ਨੰਗਲ ਸਾਹਿਬ ਵਰਗੇ ਜਾਂ ਹੋਰ ਬੈਠੇ ਦਮੋਦਰ ਸਾਹਿਬ ਵਰਗੇ ਜਾਂ ਬਾਪੂ ਜੀ ਵੱਡਿਆਂ ਮੈਂ ਕਿਸੇ ਦਾ ਕੀ ਨਾਂ ਲੈਣਾ ਕਿ ਇਹਨਾਂ ਨੂੰ ਕੀ ਪਤਾ ਹੁਣ ਤਾਂ ਸਾਨੂੰ ਵੀ ਭਾਈ ਪਤਾ ਲੱਗ ਗਿਆ ਤੁਸੀਂ ਤਾਂ ਫਿਰ ਹਜ਼ਾਰ ਗਿਣਤੀ ਇਕੱਠੀ ਇਕੱਠੇ ਆਉਂਦੇ ਸੀ ਸਾਨੂੰ ਤਾਂ ਇਕੱਲੇ ਨੂੰ ਜਿਵੇਂ ਭਾਈ ਰਾਜੋਆਣਾ ਸਾਹਿਬ ਨੂੰ ਰੱਖਿਆ ਨਾ ਉਸ ਤਰ੍ਹਾਂ ਸਾਡੇ ਨਾਲ ਕਰਦੇ ਸੀ ਇਸ ਲਈ ਮੈਨੂੰ ਆਪਦੇ ਅੰਦਰ ਜਾਏ ਦਾ ਬਾਹਰ ਆਏ ਦੀ ਮੈਂ ਤਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਹੀ ਕਰਦਾ ਕਿ ਗੁਰੂ ਸਾਹਿਬ ਦੀ ਬੜੀ ਕਿਰਪਾ ਨਜ਼ਾਰੇ ਸਾਰੇ ਵੇਖਣੇ ਚਾਹੀਦੇ ਨਜ਼ਾਰਾ ਕੋਈ ਚੰਗਾ ਨਹੀਂ ਕੋਈ ਮਾੜਾ ਨਹੀਂ ਗੁਰੂ ਆਪ ਦੀ ਮਿਹਰ ਆਪ ਦਾ ਮਿਹਰ ਭਰਿਆ ਹੱਥ ਗਰੀਬਾਂ 'ਤੇ ਦਾਸ 'ਤੇ ਰੱਖਣ ਸਭ ਕੁਛ ਔਰ ਮੈਨੂੰ ਆਪ ਦੀ ਬਾਹਰ ਆਈ ਦੀ ਇੰਨੀ ਖੁਸ਼ੀ ਨਹੀਂ ਜਦ ਮੈਨੂੰ ਅਸਲ ਖੁਸ਼ੀ ਉਦੋਂ ਹੋਣੀ ਆ ਜਦੋਂ 1 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਸਾਹਿਬ ਦਾ ਕੇਸ ਲੱਗਿਆ 28 ਸਾਲ ਉਹਨਾਂ ਨੇ 8x8 ਦੇ ਸੈੱਲ 'ਚ ਮੈਂ ਤਾਂ 6 ਮਹੀਨੇ ਕੱਟੇ ਉਹਨਾਂ ਨੇ 28 ਸਾਲ ਔਰ ਕੌਮ ਖਾਤਰ ਜੋ ਬੇਇਨਸਾਫੀ ਹੋ ਰਹੀ ਸੀ ਜੋ ਧੱਕੇਸ਼ਾਹੀਆਂ ਆਪਣੀਆਂ ਸਰਕਾਰਾਂ ਨੇ ਸਿੱਖ ਕੌਮ ਨਾਲ ਕੀਤੀਆਂ ਨੇ ਉਹਦੇ ਖਿਲਾਫ ਲੜਾਈ ਲੜ ਕੇ ਉਹ ਲੜੀਆਂ ਨੇ ਇਸ ਲਈ
मैं तो सारी संगत को बेनती करदा कि अरदास भी करो और ये आस भी करदा उम्मीद भी करदा कि जज साहिबाना ते हिरदे ते सच्चे पातशाह वरतणगे ते फैसला पंजाबियां नू सिख कौम नू जिन्हां ने बहुत वड्डियां शहादतां देश दे वास्ते कुरबानियां दित्तियां ने देश की आजादी की लड़ाई लड़ी है उन्हां दियां भावनां नू ध्यान रखते हुए भाई राजोआना साहब दे हक का फैसला होगा तो मनुखी अधिकारां दा घाण जिहड़ा हो रहा क्योंकि कोई सज़ा नहीं कानूनन कोई सज़ा नहीं 14 साल तो बाद ये डबल डबल सजावां कट लिया ने उन्हां दी रिहाई होनी चाहिए।